ਪਾਲੀਆਂ, ਦੋ ਆਹ ਪਾਲੀਆਂ, ਸਾਰੀਆਂ ਪੈ ਗਈਆਂ। ਪੈ ਤਾਂ ਨਹੀਂ ਗਿਆ ਕੁਛ, ਥਰਮਾਮੀਟਰ ਵੀ ਹੋ ਗਿਆ, ਉਹ ਕਿੱਥੇ ਗਾ ਬਲੱਡ ਚੈੱਕ ਕਰਨ ਵਾਲਾ? ਨਹੀਂ, ਮੇਰਾ ਬਲੱਡ ਚੈੱਕ ਕਰਨ ਵਾਲਾ ਕਿੱਥੇ ਆ? ਉਹ ਮੇਰਾ ਬਲੱਡ ਚੈੱਕ ਕਰਨ ਵਾਲਾ ਕਿੱਥੇ ਆ ਬੱਬਲ ਜੀ? ਉਹ ਬਲੱਡ ਚੈੱਕ ਕਰਨ ਵਾਲਾ ਕਿੱਥੇ ਆ ਮੇਰਾ? ਲੈ ਸੁਣਦੀ ਨਹੀਂ, ਉਹ ਬਲੱਡ ਚੈੱਕ ਕਰਨ ਵਾਲਾ ਕਿੱਥੇ ਆ? ਬਲੱਡ ਚੈੱਕ ਕਰਨ ਵਾਲਾ ਕਿੱਥੇ ਆ ਯਾਰ? ਉਹ ਮੈਂ ਕੁੱਤਾ ਭੌਂਕਦਾ ਮੇਰਾ ਬਲੱਡ ਚੈੱਕ ਕਰਨ ਵਾਲਾ? ਬਈ ਕੀ ਆ, ਕੀ ਅੱਗ ਲੱਗੀ ਆ? ਦੋ ਘੜੇ ਆਰਾਮ ਵੀ ਨਹੀਂ ਕਰਨ ਦਿੰਦਾ, ਆਹ ਅੱਗ ਲੱਗਦਾ ਤੇਰਾ ਬਲੱਡ ਚੈੱਕ ਕਰਨ ਵਾਲਾ, ਚੱਕੇ ਨੂੰ ਪਰੇ ਮਾਰ। ਇਹਦੇ ਨਾਲ ਕੀ ਕਰਦੀ ਤੀ? ਖੋਆ ਕੱਢਦੀ ਤੀ। ਖੋਆ ਕੱਢਣ ਨੂੰ ਮੇਰੇ ਸਾਲ ਦਾ ਵੀ ਮੇਹਲ ਬਾਈ ਦਾ ਖੁਰਚਣਾ ਇਹ ਨਾ, ਫਿਰ ਤੈਨੂੰ ਦਿਖਦਾ ਨਹੀਂ ਕੀ ਕਰਦੀ ਤੀ? ਆ ਤਾਂ ਮੱਚਣੀ, ਮੇਰੀ ਗਰਦਨ ਜੀ ਦਰਦ ਹੋਈ ਜਾਂਦੀ ਆ, ਸਰਵਾਈਕਲ ਲੱਗਦਾ ਮੈਨੂੰ। ਲੈ ਚਾਚ ਚਾਚੀ ਦਾ ਵੀ ਨਿੱਤ ਦਾ ਕੁੱਤ ਕਲੇਸ਼ ਰਹਿੰਦਾ। ਮੈਂ ਕਿਹਾ ਚੱਲ ਇਹ ਚੰਗਾ ਗਲਾ ਜਾ ਮੜ ਜਾ ਘੋਟ ਦੂੰ, ਆਰਾਮ ਜਾ ਆਜੂ, ਮੈਂ ਤਾਂ ਲਾ ਲਿਆ ਮੱਚਣਾ। ਮੇਰੇ ਸਾਲੇ ਦੀਆਂ ਡਾਕਟਰੀ ਚੀਜ਼ਾਂ ਨੇ ਇਹ, ਤੇਰੇ ਬੇੜ ਵਾਲੇ ਭਾਂਡੇ ਨਹੀਂ ਹੈਗੇ। ਜੇ ਬਾਟੀ ਨਹੀਂ ਲੱਭੀ ਤਾਂ ਕੌਲਾ ਵਰਤ ਲਓ, ਜੇ ਕੌਲਾ ਨਹੀਂ ਲੱਭਿਆ ਤਾਂ ਕੌਲੀ ਵਰਤ ਲਓ। ਕੱਲ ਮੇਰੇ ਸਾਲੇ ਦੀ ਸਲਵਾਰ 'ਚ ਥਰਮਾਮੀਟਰ ਨਾਲ ਨਾਲਾ ਪਾਈ ਜਾਵੇ। ਲੈ ਫੇਰ ਕੀ ਅੱਗ ਲੱਗੀ, ਘਸ ਗਿਆ ਤੇਰਾ ਥਰਮਾਮੀਟਰ, ਉਹ ਬਿਆਲੇ 'ਚ ਜਾ ਕੇ ਚੱਕ ਲਾ। ਬਣਿਆ ਫਿਰਦਾ ਵੱਡਾ ਸੈਲੂ ਡਾਕਟਰ, ਸਾਲ 'ਚ ਤੇਰੇ ਤੋਂ ਆਪਦੀ ਤਾਂ ਕਬਜ਼ੀ ਨਾ ਠੀਕ ਹੋਈ, ਟਰਾਲੀ ਤੋਂ ਕੈਮ ਚੂਰਨ ਦੀ ਖਾ ਗਿਆ। ਮਾਤਾ ਜਿਹੜੀ ਟਰਾਲੀ ਕੈਮ ਚੂਰਨ ਦੀ ਖਾਣੀ ਦੀ ਖਾ ਗਿਆ, ਤੂੰ ਨਾ ਮੇਥੋਂ ਮੂੰਹ ਤੇ ਖਾ ਲਈ, ਮੇਰੇ ਚੱਜ ਨੂੰ ਇੱਥੇ ਮੁੱਦੀ ਪਾ ਲੂੰ। ਚਾਚਾ ਚਾਚਾ ਚਾਚਾ, ਚਾਚੀ ਨੂੰ ਮੁੱਦੀ ਫੇਰ ਪਾਈ, ਪਹਿਲਾਂ ਚਾਚੀ ਮੈਨੂੰ ਕੌਲੀ 'ਚ ਦਾਲ ਪਾਈ, ਅੱਜ ਨਾ ਅਸੀਂ ਮੂੰਗੀ ਦਾਲ ਬਣਾਈ ਆ, ਮੇਰੇ ਪਾਪਾ ਮੂੰਗੀ ਦਾਲ ਖਾਂਦਾ ਨਹੀਂ। ਆ ਦੇਖ ਲਾ ਮਨੀ ਕਿਵੇਂ ਬੋਲਦਾ ਤੇਰਾ ਚਾਚਾ, ਜਮਾਈ ਸੰਗ ਸ਼ਰਮ ਨਹੀਂ ਹੈਗੀ ਇਹਨੂੰ। ਭਾਈ ਬੋਲਣ ਦਾ ਮਨੀ ਹੋਰ ਕੀ ਕਰਾਂ, ਮੈਨੂੰ ਕਹਿੰਦੇ ਤੂੰ ਟਰਾਲੀ ਕੈਮ ਚੂਰਨ ਦੀ ਖਾ ਗਿਆ, ਉਹ ਤਾਂ ਮੈਨੂੰ ਬਿਮਾਰੀਆਂ, ਮੈਂ ਤਾਂ ਖਾ ਗਿਆ, ਨਾਲੇ ਮੇਰਾ ਕਿਹੜਾ ਜੀ ਕਰਦਾ ਵੀ ਮੈਂ ਕੱਲਾ ਖਾ ਕੇ ਉਹਨੂੰ ਦਿੱਤੀ ਨਹੀਂ ਪੰਜੀਰੀ ਆ ਉਹ ਮੇਰੇ ਸਾਲ ਦੀ। ਚੱਲ ਕੋਈ ਨਾ ਚਾਚਾ, ਤੂੰ ਤਾਂ ਪੜ੍ਹਿਆ ਲਿਖਿਆ, ਤੂੰ ਚੁੱਪ ਕਰ ਜਾ ਕਰ। ਹਾਂ ਸੱਚ, ਪੜ੍ਹੇ ਲਿਖੇ ਤੋਂ ਜ਼ਿਆਦਾ ਮੇਰਾ ਜੱਗ ਬਣੀ ਨਹੀਂ ਆਇਆ ਅੱਜ। ਉਹ ਆਟੇ 'ਤੇ ਅੱਗ ਲੱਗਦਾ, ਜਾ ਕੇ ਪੜ੍ਹ ਲਿਆ। ਲਿਆ ਮਣੀ ਤੈਨੂੰ ਦਾਲ ਪਾ ਕੇ ਦੇਵਾਂ, ਇੱਥੇ ਤਾਂ ਇਹ ਕੁੱਤ ਕਲੇਸ਼ ਚੱਲਦਾ ਹੀ ਰਹਿੰਦਾ। ਉਹ ਤਾਂ ਚੜ੍ਹਦੀ ਕਲਾ ਜੱਗ ਬਣੀ ਨਹੀਂ ਹੈਗਾ ਇਹ। ਹੋਰ ਮਣੀ ਪੁੱਤ ਠੀਕ ਆ? ਹਾਂ ਚਾਚਾ ਸਭ ਠੀਕ ਆ। ਪੜ੍ਹਾਈ ਕਿਵੇਂ ਚੱਲੀ ਜਾਂਦੀ ਆ? ਹਾਂ ਚਾਚਾ ਵਧੀਆ ਚੱਲੀ ਜਾਂਦੀ, ਅੱਜ ਕੀ ਮੇਰੇ 88% ਨੰਬਰ ਆਏ ਨੇ। ਇਹ ਤਾਂ ਕੀ ਘੱਟ ਗਏ ਫਿਰ? ਹੈ ਨਹੀਂ ਚਾਚਾ, ਵੱਧ ਨੇ। ਲੈ ਪਹਿਲਾਂ ਵਾਲੀ ਵਾਰੀ 47 ਨਹੀਂ ਆਏ ਤੀ? ਉਹ ਚਾਚਾ 47 ਘੱਟ ਹੁੰਦੇ ਆ, 88 ਵੱਧ ਹੁੰਦੇ ਆ। ਅੱਛਾ, ਉਹ ਨਹੀਂ ਬੇਟਾ, ਪਤਾ ਕੀ ਆ, ਜਿਹੜਾ ਵੱਡਾ ਅੱਖਰ ਹੁੰਦਾ ਉਹ ਡਾਕਟਰੀ ਲੈਣ ਦੇ ਵਿੱਚ ਉਹ ਛੋਟਾ ਹੁੰਦਾ, ਜਿਹੜਾ ਛੋਟਾ ਅੱਖਰ ਹੁੰਦਾ ਉਹ ਡਾਕਟਰੀ ਲਾਈਨ ਦੇ ਵਿੱਚ ਵੱਡਾ ਹੁੰਦਾ। ਤੁਹਾਨੂੰ ਪਤਾ ਨਹੀਂ ਬੇਟਾ, ਕੋਈ ਨਾ ਹੌਲੀ ਹੌਲੀ ਸਿੱਖ ਜਾਓਗੇ ਤੁਸੀਂ, ਇਹਨੇ 12ਵੀਂ ਕਰੋ। ਹੈ ਇਹ ਡਾਕਟਰੀ ਲਾਈਨ ਦੀਆਂ ਗੱਲਾਂ ਹੁੰਦੀਆਂ ਨੇ ਬੇਟਾ, ਖਬਰ ਬਣਦੇ ਦੇਸ਼ 'ਚ ਕਰੋਨਾ ਦੇ 72,393 ਨਵੇਂ ਕੇ 470 ਮੌਤਾਂ ਹੈ, ਹਜੇ ਵੀ ਕਰੋਨਾ ਚੱਲੀ ਜਾਂਦਾ ਉੱਧਰ, ਅਸੀਂ ਤੁਹਾਡੇ ਨਾਲ ਖੜਿਆ, ਤੁਹਾਡੇ ਲਈ ਜਾਰੀ ਰੱਖਾਂਗੇ ਲੜਾਈ। ਹੈ ਆਹ ਕੀ ਕਹਿੰਦਾ ਸੁਖਬੀਰ ਬਾਦਲ, ਕੇਜਰੀਵਾਲ ਨੇ ਬਾਘਾ ਪੁਰਾਣਾ ਰੈਲੀ 'ਚੋਂ ਖੇਤੀ ਕਾਨੂੰਨਾਂ ਦਾ ਵਿਰੋਧ ਡਰਾਮਾ, ਤਾਂ ਹਰਨਗੇ ਹੁਣ ਨਹੀਂ ਹੋਈ ਜਦੋਂ ਤੇ ਸੁਖਬੀਰ ਬਾਦਲ। ਹੈ ਵੋਟਾਂ ਪੈਂਬਰੀ ਦੀਆਂ, ਦੀਪ ਸਿੱਧੂ ਨੂੰ ਨਹੀਂ ਮਿਲੀ ਰਾਹਤ, ਕਿਸਾਨ ਆਗੂ ਕੀ ਨੇ ਯਾਰ ਖਾਬਰਾ। ਚੰਗਾ ਬੱਬਲਾ, ਟੈਂਕ ਕਹਿ ਰਹੇ ਯਾਰ, ਲੇਟ ਹੋ ਰਹਾ ਮੈਂ ਤੁਹਾਡੀ ਡਿਊਟੀ ਤੋਂ, ਹੋਰ ਦੁਕਾਨ ਖੋਲਾਂਗੇ ਫਿਰ 4 ਪੈਸੇ ਕਮਾਵਾਂਗੇ। ਹੈ ਆ ਦੇਖ ਲਾ ਮਨੀ, ਤੇਰਾ ਚਾਚਾ ਮੈਨੂੰ ਕਿੱਦਾਂ ਬੋਲਦਾ ਸੀ। ਚਾਚੇ ਗੱਲ ਕੀ ਹੋ ਗਈ? ਗੱਲ ਕੀ ਸਵਾਹ ਹੋਣੀ ਆ, ਆ ਜਿਹੜਾ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲਾ ਹੁੰਦਾ, ਆ ਮੈਂ ਗਰਦਨ 'ਤੇ ਲਾ ਲਿਆ, ਮੇਰੀ ਗਰਦਨ ਦੁਖਦੀ ਤੀ, ਇੰਨੇ 'ਚ ਹੀ ਭੱਖ ਗਿਆ। ਚਾਚੇ ਚਾਚੇ ਨੇ ਤਾਂ ਲੜਨਾ ਸੀ, ਚਾਚੇ ਪੁੱਠੇ ਕੰਮ ਤਾਂ ਤੂੰ ਆਪ ਕਰਦੀਆਂ, ਬੀਪੀ ਚੈੱਕ ਕਰਨ ਵਾਲਾ ਕੋਈ ਗਰਦਨ 'ਤੇ ਲਾਈਦਾ ਹੁੰਦਾ? ਨਹੀਂ ਤੂੰ ਵੀ ਤੇਰੇ ਚਾਚੇ ਦੀ ਹੋ ਕੇ ਬਹਿ ਗਈ। ਨਹੀਂ ਤੇਰਾ ਸੂਟ ਬੜਾ ਸੋਹਣਾ ਇਹ, ਕਿੱਥੋਂ ਸਮਾਇਆ, ਪਲੋਈਆਂ ਪਲੋਈਆਂ ਖਾਸੀਆਂ ਸੋਹਣੀਆਂ ਪਾਈਆਂ ਹੋਈਆਂ ਨੇ। ਚਾਚੀ ਇਹ ਤਾਂ ਮੈਂ ਆਪ ਸਿਉਂਤਾ, ਆਪਣੇ ਨਾਨਕਿਆਂ ਤੋਂ ਸਿੱਖ ਕੇ ਆਈ ਸੀ। ਅੱਛਾ, ਤੈਨੂੰ ਆਉਂਦੇ ਨੇ ਕੱਪੜੇ? ਹਾਂ ਚਾਚੀ। ਫਿਰ ਐਂ ਕਰ, ਇੱਕ ਮੇਰਾ ਵੀ ਸੀਦੇ। ਚਾਚੀ ਸੂਟ ਤਾਂ ਮੈਂ ਤੇਰਾ ਸੀ ਦੂੰਗੀ, ਪਰ ਪਹਿਲਾਂ ਮੈਨੂੰ ਦਾਲ ਤਾਂ ਲਿਆ ਦੇ, ਮੇਰਾ ਬਾਪੂ ਘਰੇ ਭੁੱਖਾ ਬੈਠਾ ਹੋਣਾ। ਚੱਲ ਮੈਂ ਲੈ ਕੇ ਆਉਂਦੀ ਹਾਂ। ਚਾਚੀ ਬਸ ਗੱਲਾਂ ਦੀ ਗਲਾਕੜ ਹੈ। ਆ ਲੈ ਮਨੀ। ਚੱਲ ਚਾਚੀ ਚੰਗਾ, ਹੁਣ ਮੈਂ ਜਾਂਦੀ ਹਾਂ, ਆਥਣੇ ਆਉਂਗੀ ਤੇਰੇ ਕੋਲ। ਚੱਲ ਠੀਕ ਆ। ਨਾਨਕਿਆਂ ਤੋਂ ਸੂਟ ਬਣਾਉਣੇ ਸਿੱਖਿਆ ਜੀ, ਭੂਆ ਤੋਂ ਸਕੂਟਰੀ ਚਲਾਉਣੀ ਸਿੱਖਿਆ ਜੀ, ਮਾਸੀ ਤੋਂ ਸਿਰ 'ਚ ਖੇਹ ਪਵਾਉਣੀ ਸਿੱਖਿਆ ਜੀ, ਇੱਥੇ ਆ ਕੇ ਘਰਦਿਆਂ ਨੂੰ ਉੱਲੂ ਬਣਾਈ ਜਾਂਦੀ ਆ। ਪੜਾਕਾ ਦੇ ਦਿਆ ਕਰਾਂਗੇ ਗੋਲੀ ਨਾਲ, ਹੈ ਨਾ, ਦਵਾਈ ਨਹੀਂ ਲਊਂਗਾ ਯਾਰ, ਦਵਾਈ ਲੋੜੀ ਤੋਂ ਬਾਅਦ ਲਿਆਵਾਂਗੇ, ਲੈਂਦਾ ਤਾਂ ਹੀ ਨਹੀਂ। ਆਹ ਦਿਮਾਗ ਹਿਲਾ ਕੇ ਧਰਤਾ ਮੇਰੇ ਸਾਲ ਦੀ, ਬੋਲਦੀ ਵਾਲਾ ਡਾਕਟਰ ਸਾਹਿਬ। ਮੈਂ ਗੋਲੀ ਪੇੜੇ ਚ ਪਾ ਕੇ ਚਾਰ ਦੀਏ, ਮੇਰਾ ਸਾਲਾ ਰਾਮ ਗਊ ਆਹ, ਤੇਰੀ ਬੇਬੇ ਆਹੋ,
ਹੈਗੀ ਤਾਂ ਗਊਆਂ ਵਰਗੀ ਆ ਜੀ, ਨਾ ਮਾੜਾ ਕਹਿੰਦੇ ਕਿਸੇ ਨੂੰ, ਨਾ ਚੰਗਾ ਕਹਿੰਦੀ ਹੈ। ਫਿਰ ਰੱਸਾ ਵੀ ਪਾ ਕੇ ਰੱਖ ਲਿਆ ਕਰੋ, ਫਿਰਦੀ ਤਾਂ ਹਲ ਹਲ ਰਹਿੰਦੀ ਆ ਉਹ, ਕੀ ਲੋੜ ਦੀ ਉਹਨੂੰ ਉੱਥੇ ਜਾਣ ਦੀ ਜਦੋਂ ਪਤਾ ਵੀ ਬਾਹਰੇ ਜਾ ਕੇ ਬਿਮਾਰ ਹੁੰਦੀ ਆ। ਮਾਂ ਵਿਆਸ ਕੇ ਅੰਬ ਲੈਣ ਗਈ ਤੀ, ਅੰਬ ਕਾਹਨੂੰ ਜੀ, ਨਾਮ ਲੈਣ ਗਈ ਤੀ, ਕਹਿੰਦੀ ਨਾਮ ਲੈਣਾ। ਲੈ ਲਿਆ ਫਿਰ ਨਾਮ? ਹਾਂ ਜੀ ਲੈ ਲਿਆ। ਲੈ ਲਿਆ, ਚਲੋ ਤੁਸੀਂ ਦੇ ਦਿਓ ਜੀ ਫਿਰ ਹੁਣ ਦਵਾਈ ਜੀ। ਦੇ ਦਿੰਦਾ ਮਾਂ, ਕੋਈ ਨਾ ਖੜ ਜਾ। ਉਲਟੀਆਂ ਲੱਗ ਰਹੀਆਂ ਨੇ? ਹਾਂ ਕਹਿੰਦੀ ਜੀ, ਪਾਣੀ ਧਾਰਾ ਜਿਹਾ ਲੱਗ ਰਿਹਾ। ਬੱਤ ਜੇ ਤਾਂ ਨੀ ਆਉਂਦਾ? ਬੱਤ ਜੇ ਕਰ ਕੀ ਕਰਦੀ ਉਲਟੀ? ਗੈਸ ਬਣਦੀ ਅੰਦਰ? ਆ ਗੈਸ ਬਣਦੀ ਤਾਂ ਹੀ ਤਾਂ ਪਾਣੀ ਧਾਰਾ ਆਉਂਦਾ। ਅੱਛਾ, ਘਬਰਾਹਟ ਆ? ਘਬਰਾਹਟ ਨਾਲ ਹੀ ਤਾਂ ਪਾਣੀ ਧਾਰਾ ਆਉਂਦਾ। ਐਂ ਜੇ ਕਿਹਨੂੰ ਲੱਗਦਾ ਵੀ ਦੱਬ ਲਿਆ ਬਸ ਹੁਣ ਸਰੀਰ ਮੱਚ ਗਿਆ? ਨਾ ਕਸਰ ਨਹੀਂ ਜੀ, ਪਾਣੀ ਧਾਰੀ ਹੈ। ਅੱਛਾ, ਮੈਂ ਪਹਿਲਾਂ ਪੁੱਛਾ ਵੀ ਹੁੰਦਾ ਰਹਿਣ ਦਿੰਦਾ। ਅੱਛਾ ਜੀ, ਵੀਰੇ ਰੁਕ ਇੱਕ ਮਿੰਟ। ਵੀਰੇ ਕਿੱਥੇ ਜਾਣਾ? ਕਿੱਥੇ ਜਾਣਾ? ਕਿੱਥੇ ਜਾਣਾ? ਕਿੱਥੇ ਜਾਣਾ? ਉਹ ਕਿੱਥੇ ਜਾਣਾ? ਉਹ ਉੱਚੀ ਬੋਲ ਲਾ, ਮੇਰਾ ਕੰਨ ਦੁਖਦਾ। ਮੈਂ ਕਹਿ ਰਹੀ ਹਾਂ ਕਿੱਥੇ ਜਾਣਾ? ਮੈਂ ਕਹਿ ਰਹੀ ਹਾਂ ਕਿੱਥੇ ਜਾਣਾ ਤੂੰ? ਉਹ ਮੈਂ ਡਾਕਟਰ ਦੇ ਜਾ ਕੇ ਆਉਣਾ, ਕੰਨ ਜੇ ਦੁਖਦਾ ਕੰਨ ਦਿਖਾ ਕੇ ਆਉਣਾ। ਚੱਲ ਮੈਂ ਵੀਰੇ ਨੂੰ ਭੇਜਦੀ ਹਾਂ, ਕਿੱਥੇ ਖੱਜਲ ਖੁਆਰ ਹੁੰਦਾ ਜਾਏਗਾ। ਚੱਲ ਮੈਂ ਵੀਰੇ ਨੂੰ ਭੇਜਦੀ ਹਾਂ, ਕਿੱਥੇ ਖੱਜਲ ਖੁਆਰ ਹੁੰਦਾ ਜਾਏਗਾ। ਉਹ ਇੱਧਰ ਆ ਡਾਕਟਰ, ਉਹਦੇ ਜਾ ਕੇ ਆਉਣਾ ਮੈਂ। ਤੂੰ ਚੱਲ ਮੇਰੇ ਨਾਲ। ਤੂੰ ਡਾਕਟਰ ਨੇ ਜਾਣਾ ਮੈਨੇ? ਓਏ ਤੂੰ ਚੱਲ ਤਾਂ ਸਹੀ। ਹੈਂ, ਚੁੱਪ ਜਾ। ਹੋਰ ਜੀ ਵਧੀਆ ਜੀ, ਦਵਾਈ ਦੇ ਦਿਓ ਮੇਰੀ ਦਾਦੀ ਨੂੰ। ਜੇ ਮਰ ਮੁਰ ਕੇ ਇੱਥੇ 40,000 ਰੁਪਇਆ ਹੋਰ ਲਵਾ ਦੂੰ, ਮੈਂ 400-500 ਰੁਪਏ ਦੀ ਦਵਾਈ ਵੀ ਦਵਾ ਦਿੰਦੇ ਆ। ਆ ਟੂਪ ਦੇ ਤੇਰੀ ਬੇਬੇ ਨੂੰ, ਜੀਬ ਤੇ ਲਾ ਦਿਆ ਕਰੂ। ਇਹ ਜੀਬ ਤੇ ਲਾਉਂਦੀ ਹੈ? ਹਾਂ, ਇਹਦੇ ਨਾਲ ਉਲਟੀ ਨਹੀਂ ਆਉਂਦੀ। ਜੀ ਕਰੂਗੀ, ਆਇਆ ਆ ਦਿਆ ਕਰੂ। ਫਿਰ ਨਾ ਅੰਦਰ ਲੈ ਜੂ ਜੀ, ਕੜੀਸ ਕੇ ਐ ਚੂਸ ਲੂ ਜੀ। ਉਹ ਅੰਦਰ ਹੀ ਜਾਊਗੀ ਦਵਾਈ, ਅੰਦਰੋਂ ਫੈਕਸ਼ਨ ਚੱਕ ਦੂ ਸਾਰੀ ਟੂਪ। ਫਿਰ ਐ ਕਰਾਂਗੇ ਜੀ, ਜੇ ਉਹਨੇ ਐ ਜੀਭ ਤੇ ਰੱਖ ਕੇ ਅੰਦਰ ਨਾ ਲੈ ਕੇ ਗਈ, ਆਪਾਂ ਇਹਦੇ 2 ਚਮਚੇ ਦਾਲ ਚੀ ਪਾ ਦਿਆ ਕਰਾਂਗੇ ਟੂਪ ਦੇ। ਹਾਂ ਐ ਕਰ, ਦਹੀਂ ਜੀ ਵੀ ਪਾ ਦਿਆ ਕਰੂ। ਬਾਹੇ ਹੱਥ ਤੜਕੇ ਨੂੰ ਕਹਿੰਦਾ ਕਿ ਹੋਈ ਆ ਦਾਦੀ, ਇਹਨੂੰ ਪਤਾ ਲੱਗੂ। ਬਸ ਫਿਰ ਪੀਲੀ ਹੋਣੀ ਜੀ, ਕਹਾਂਗੇ ਉਹਨਾਂ ਦਾ ਗਾਇਦਾ ਗਾਂ ਦਾ ਕਿਉਂ ਹੈ। ਆ ਕੀ ਹੈਗਾ, ਜੀ ਪਾਇਆ ਹੋਇਆ ਮੂਰੇ? ਗੁਲੂ ਕੋਂਡੀ ਹੈ ਜੀ ਤਾਂ। ਹਾਂ ਜੀ ਆ ਮੂਰੇ। ਹਾਂ ਜੀ ਆ ਜੀ। ਆ ਬਾ ਦੇ ਦਿੱਕਾ, ਇਹ ਕੱਜ ਦੇਣੀ ਹੈ ਜੇ। ਇਹ ਨਾਲ ਹੀ ਲਾ ਦੂੰਗਾ ਟੂਪ ਚ, ਥੋੜੀ ਜੀ ਗੋਲਾ ਜਿਹਾ ਵੱਟ ਕੇ। ਇਹ ਵੀ ਜੀਭ ਤੇ ਲਾ ਲਈਏ ਗੁਲੂ ਕੋਣ ਦੀ? ਹਾਂ ਅੱਛਾ, ਵੀ ਮਿੱਠੀ ਹੋ ਗੂ ਹਨਾ। ਹਾਂ ਸਹੀ ਗੱਲ ਹੈ ਜੀ, ਵਧੀਆ ਗੱਲ ਹੈ ਜੀ। ਆਹ ਆ ਦੋ ਆ ਦੇ ਦਿਓ। ਇਹ ਵੀ ਜੀ, ਹਾਂ ਇੱਕ ਦਿਨ ਤਾਕੜੀ ਦਵਾਈ ਦਿੰਦਾ। ਇਹ ਕਾਹਦੇ ਖਾਤਰ ਹੈ ਜੀ ਦਾਦੀ ਨੂੰ? ਮਤਲਬ ਇੱਕ ਮਿੰਟ ਆ ਕੇ ਬਚੀ ਜੀ, ਬਈ ਆ ਵੀ ਦੇ ਦੇ। ਆਹਾ, ਹਾਂ ਇਹ ਦੇਣੀ ਹੈ ਕਿ ਰੋਟੀ ਭੁੱਖ ਲੱਗਣ ਲੱਗ ਜੂ। ਲੱਗਦੀ ਆ ਭੁੱਖਾ? ਭੁੱਖ ਤਾਂ ਬਹੁਤ ਲੱਗਦੀ, ਤਾਂ ਇਹਦਾ ਪਾਣੀ ਧਾਰ ਆਉਂਦਾ ਜੀ। 8-8, 9-9 ਰੋਟੀਆਂ ਖਾ ਜਾਂਦੇ ਜੀ ਉਹ ਤਾਂ। ਘੱਟ ਨੀ, ਘੱਟ ਰੋਟੀਆਂ ਘੱਟ ਨੇ, ਬਚਣ ਦੇ ਚਾਂਸ ਹੀ ਨਹੀਂ ਹੈਗਾ। ਇਹ 13 ਚ ਦੇਣੀ ਹੈ ਜੀ? ਹੈ 13 ਚ ਦੇਣੀ ਹੈ? ਨਾ 13 ਚ ਨਹੀਂ ਦੇਣੀ ਇਹ, ਥੋੜੀ ਥੋੜੀ ਜਿਹੀ ਨਹੀਂ ਕਰਕੇ ਪਾ ਦਿਆ ਕਰੋ। ਨਹੀਂ ਮਾਂ ਜੇ 13 ਚ ਦੇਣੀ ਫਿਰ ਤਾਂ ਨਾਲ ਪਈ ਤੀ ਆਪਣੀ ਮੈਂ ਸਾਲੀ ਜੀ ਮੰਗਾ। ਨਾ ਨਾ 13 ਚ ਕਿੱਥੇ ਯਾਰ, 13 ਚ ਨਹੀਂ। ਐਂ ਕਰੂ? ਹਾਂਜੀ। ਆ ਕੀ ਆ, ਇਹ ਤਾਂ ਤੁਹਾਡੀ ਧੂਫ ਆ ਜੀ, ਧੂਫ ਵਾਲੀ ਡੱਬੀ ਆ ਤਾਂ ਧੂਫ ਆ, ਇਹ ਤਾਂ ਗੂਗਲ ਦੀ ਧੂਫ ਹੈ ਜੀ। ਇਹ ਤਾਂ ਕੰਪਿਊਟਰ ਇੱਧਰ ਹੀ ਰੱਖ ਜਾਂਦਾ ਇਹ। ਐ ਕਰੂ ਓਏ? ਹਾਂ ਜੀ। ਆਹਾ ਜਿਹੜਾ ਆਹਾ, ਹਾਂ ਜੀ, ਉਹ ਖੁਰਕ ਤਾਂ ਨਹੀਂ ਹੈਗੀ ਤੇਰੀ ਬੇਬੇ ਦੇ? ਖੁਰਕ ਤਾਂ ਨਹੀਂ ਹੈਗੀ ਜੀ। ਆ ਪਾਊਡਰ ਲਾ ਦੀ, ਪਾਊਡਰ ਲਾ ਦੀ, ਵਧੀਆ ਪਾਊਡਰ ਹੈ। ਪਾਊਡਰ ਨਹੀਂ ਜੀ, ਤਾਂ ਲੋਸ਼ਨ ਹੈ। ਹੈ? ਬਾਡੀ ਲੋਸ਼ਨ ਹੈ ਜੀ ਤਾਂ। ਬਾਡੀ ਲੋਸ਼ਨ ਲਾ ਦੀ ਫਿਰ, ਇਹ ਵੀ ਲਾ ਦਾਂ ਜੀ। ਬਸ ਲਾ ਦੀ, ਲਾ ਦੀ। ਇਹ ਖੁਰਕ ਦਾ ਵੀ ਕੰਮ ਕਰਦਾ ਹੈ? ਸ਼ੇਰ, ਇੱਕ ਮਿੰਟ ਖੜ ਜਾ, ਤੈਨੂੰ ਦਵਾਈ ਹੋਰ ਦਿੰਦਾ। ਹਾਂਜੀ, ਇਹ ਤਾਂ ਤੜਕੇ ਤੜਕੇ ਦੇਣੀਆਂ ਨੇ ਹੱਥ ਨਾਲ ਹੀ ਤਾਂ ਇਹ ਦਿੰਨਾ। ਇਹ ਮਤਲਬ ਇੱਕ ਟਾਈਮ ਦੀਆਂ ਦਵਾਈਆਂ ਨੇ ਜੀ ਇਹ? ਹੈ? ਇੱਕ ਟਾਈਮ ਦੀਆਂ ਦਵਾਈਆਂ ਨੇ? ਹਾਂ ਹਾਂ, ਇਹਦਾ ਠੀਕ ਹੁੰਦਾ। ਆਹ ਇਹ ਮੈਂ ਤਾਂ ਲਾਦਾ, ਰੋਟੀ ਦਾ ਤਾਂ ਟਾਈਮ ਹੀ ਨਹੀਂ ਮਿਲਿਆ ਕਰਨਾ ਜੀ ਬੇਬੇ ਨੂੰ ਖਾਣ ਦਾ। ਨਹੀਂ ਨਹੀਂ, ਆਹ ਦਵਾਈਆਂ ਦੀ ਟਾਈਮ ਮਿਲਿਆ ਗੁਰੂ ਜੀ, ਜਦੋਂ ਪੈਣ ਲੱਗੀ ਘਾਟਾ ਲਾ ਕੇ ਪਹਿਲਾਂ ਦੇ। ਉਹ ਤਾਂ ਮੈਸਾਲੀ ਆ ਜੀ, ਮੈਸਾਲੀ। ਹਾਂ ਉਹ ਗਾਈ ਛੱਪੀ, ਉਹ ਡਾਕਟਰ ਸਾਹਿਬ ਫੈਂਟ ਨਹੀਂ ਵਧਾਉਣੀ, ਦਾਦੀ ਦੀ ਏਜ ਵਧਾਉਣੀ ਆ ਜੀ। ਉਹ ਮੇਰਾ ਸਾਰਾ ਕੰਪਿਊਟਰ ਜਾਂ ਯਾਰ ਡੰਗਰਾਂ ਦਾ ਕੰਮ ਕਰਦਾ, ਵਿੱਚੀ ਦਵਾਈਆਂ ਰਲਾ ਰੱਖੀਆਂ ਨੇ ਉਹਨੇ। ਐਂ ਕਰ ਓਏ, ਹਾਂ ਆ ਚੂਰਨਾ ਹੈਗਾ। ਪੇਟ ਸਫਾ ਰੋਗ ਦਫਾ। ਤਿੰਨ ਟੀਕੇ ਲਾ ਦਿਓ, ਇੱਕ ਤੋਂ ਲਖਤ ਲਾ ਦੀ, ਇੱਕੋ ਲਖਤ ਨੀ ਲਾਉਣੇ ਇਹ। ਹਾਂਜੀ, ਇੱਕ ਘੰਟਾ ਘੰਟਾ ਛੱਡ ਕੇ ਲਾ ਦਿਓ। ਅੱਛਾ ਜੀ, ਹਾਂ ਤੇ ਰੋਟੀ ਕਿਹੜੇ ਵੇਲੇ ਖਾਊ ਬੇਬੇ? ਐਂ ਤਾਂ ਦੱਸ ਨਾ, ਹੁਣ ਦੱਸ ਤਾਂ ਦਿੱਤੀਆਂ ਦਵਾਈਆਂ, ਆਹ ਸਾਰੀਆਂ ਹੱਥ ਨੇ ਦੇਣੀਆਂ ਨੇ ਇੱਧਰਲੀਆਂ। ਹਾਂ ਆਹਾ, ਹਾਂ ਆ ਜੋ ਨਾ ਹੋਊਗੀ, ਆਹ ਉਦੋਂ ਲਾ ਦੇ ਲੋਸ਼ਨਾ ਤੜਕੇ ਦੇ। ਹੱਥ ਦੇ ਨਾ ਹੁੰਦੀ ਨਹੀਂ, ਉਹ ਤਾਂ ਮੂੰਹ ਹੱਥੀ ਧੋਂਦੀ ਹੈ, ਪੈਰਾਂ ਤੇ ਮਲ ਦਾਂਗੇ ਗੱਲਾਂ। ਮਾਰ ਦਿਓ ਜਿਵੇਂ ਤੁਹਾਡਾ ਜੀ। ਤੇ ਫਿਰ ਐਂ ਕਰੋ ਡਾਕਟਰ ਸਾਹਿਬ, ਮੈਂ ਮੜਾ ਜਾ ਗਿਆ ਜੀ, ਘਰੇ ਜਾ ਕੇ ਆਉਣਾ ਜੀ। ਹੈਂ? ਮੈਂ ਘਰੇ ਜਾ ਕੇ ਆਉਣਾ ਜੀ। ਕਿਉਂ? ਪਰ ਘਰੋਂ ਗੱਟਾ ਗੱਟਾ ਚੱਕ ਕੇ ਲਿਆਉਂ ਜੀ, ਫਿਰ ਆਹ ਦਵਾਈਆਂ ਲਿਫਾਫੇ 'ਚ ਤਾਂ ਮੈਨੂੰ ਲਾ ਦਾਉਣੀਆਂ ਨਹੀਂ ਜੀ। ਉਹ ਲਿਫਾਫੇ 'ਚ ਵੱਡੇ 'ਚ ਪਾ ਦਿੰਦੇ ਆ? ਨਹੀਂ ਨਹੀਂ ਜੀ, ਕਾਹਨੂੰ ਮੈਂ ਡੇਗ ਜੂੰਗਾ ਜੀ, ਮੈਂ ਗੱਟਾ ਚੱਕ ਲਿਆਉਣਾ ਜੀ। ਐਂ ਕਰੋ, ਹੱਥ ਪੈਸੇ ਕਿੰਨੇ ਹੋ ਗਏ ਇਹਨਾਂ ਦੇ? ਪੈਸੇ ਲਾ ਦਿੰਦਾ ਮੈਂ ਜੋੜ। ਲਾਇਓ ਮਾੜਾ, ਜਲਦੀ ਲਾਇਓ ਜੀ। ਇੱਕ ਮਿੰਟ ਖੜ ਜਾ ਮੇਰਾ। 270
ਨੜਨਵੇਂ ਦਾ ਸੌ ਦਾ ਆਉਂਦਾ ਇਹ ਆਹ ਲਾ ਦੀ ਚੱਕ ਤੈਨੂੰ 40 ਦੀ ਸਾਰੇ ਬਣ ਗਏ ਪੂਰੇ ਚੱਕ ਤਿੰਨ ਕਿ ਸੌ ਦੇ ਲਵੇ ਲਾਉਣੇ ਆ ਕੋਈ ਆ ਸਾਰਾ ਵਿੱਚੀ ਮਟੀਰੀਅਲ ਹੋ ਗਿਆ ਸੱਚ ਹਾਂ ਡਾਕਟਰ ਸਾਹਿਬ ਦੋ ਇਉਂ ਦੀਆਂ ਪੁੜੀਆਂ ਦੇ ਦਿਓ ਜੀ ਹੈ ਇਉਂ ਦੀਆਂ ਪੁੜੀਆਂ ਦਿਓ ਜੀ ਹਾਂ ਆ ਲੈ ਆਪ ਉਹ ਹੀ ਨੂੰ ਦੀ ਉਹ ਠੀਕ ਹੈ ਐਂ ਕਰੋ ਜੀ ਬੈਠੋ ਨਾ ਦੋ ਪੁੜੀਆਂ ਨੇ ਬੈਠੋ ਨਾ ਜੀ ਦੋ ਉਹ ਦੇ ਦਿਓ ਜਹਾਜ ਮੁੱਲੇ ਜੀ ਦੀਆਂ ਗੋਲੀਆਂ ਹੋਰ ਬੈਠੋ ਨਾ ਜੀ ਉਹਦਾ ਡੋਲੋ ਦਾ ਪੱਤਾ ਦੇ ਦੋ ਠੀਕ ਹੈ ਜੀ ਠੀਕ ਹੈ ਹਾਂ 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 ਤੇ ਬੈਠੋ ਨਾ ਜੀ ਸੀਟਰਾਂ ਜਿੰਦੀਆਂ ਵੀ ਦੇ ਦਿਓ ਬੈਠੋ ਨਾ ਜੀ ਇੱਕ ਨਾ ਮੇਰੇ ਇੱਥੇ ਜੀ ਪਿੱਤੂ ਜੀ ਹੋ ਰਹੀ ਹੈ ਜੀ ਜਿਹੜਾ ਬੋਤਲ ਤੁਸੀਂ ਪਾਣੀ 'ਚ ਬਾਲ ਕੇ ਪਾਉਣ ਵਾਲਾ ਉਹ ਵੀ ਦੇ ਦਿਓ ਜੀ ਆ ਲੈ ਲੈ ਠੀਕ ਆ ਹਾਂ ਬਸ ਠੀਕ ਹੈ ਜੀ ਨਹੀਂ ਕੋ ਆਇਓਡਾਕਸ ਦਿਓ ਮਾੜਾ ਜਿਹਾ ਮੇਰੀ ਬੇਬੇ ਦੇ ਗੋਡੇ 'ਚ ਵੀ ਦੁਖਦੇ ਨੇ ਜੀ ਤੂੰ ਪੱਗ ਜਾ ਵੀਰ ਪੱਗ ਜਾ ਹਾਂਜੀ ਮੈਂ ਤਾਂ ਥਾਪੜੇ ਨਾ ਖਾਲੀ ਜਾ ਪੱਗ ਜਾ ਲੈ ਜਾ ਮੈਂ ਚੱਲ ਮੈਂ ਗੱਟਾ ਲਿਆਉਣਾ ਜੀ ਚੱਲ ਲੈ ਆ ਜਾ ਫਾਇਦਾ ਚੱਲ ਠੀਕ ਆ ਮੇਰੇ ਵਾਲਾ ਕੱਲਾ ਮੇਰੇ ਵਾਲਾ ਸਮਾਨ ਕੱਢ ਕੇ ਜੀ ਅੱਡਾ ਉਧਰ ਬਾਹਰ ਰੱਖ ਦੋ ਮੈਂ ਬਾਹਰੋਂ ਉਧਰੋਂ ਸਾਈਕਲ ਲੈ ਕੇ ਆਉਂ ਸਾਈਕਲ ਤੇ ਲੱਦ ਕੇ ਲੈ ਜੂੰ ਜੀ ਮੈਂ ਕਿਰਾਏ ਤੇ ਰੇੜੀ ਭੇਜ ਦਿੰਦਾ ਨਾ ਰੇੜੀ ਦਾ ਕੋਈ ਚੱਕਰ ਨਹੀਂ ਜੀ ਆਪਣਾ ਮੈਂ ਸਾਈਕਲ ਤੇ ਲੈ ਕੇ ਜਾਊਂਗਾ ਜੀ ਹਾਂ ਠੀਕ ਆ ਸਰ ਜੀ ਆ ਨਾਲੇ ਡਾਕਟਰ ਸਾਹਿਬ ਉਹ ਗੱਲ ਨਹੀਂ ਉਹ ਦੋਪੜਾ ਕੇ ਇਹ ਵੀ ਉਹਨੇ ਜੇ ਰੂੰਗੇ ਜੀ ਰੁਕਾ ਇਹ ਠੀਕ ਆ ਭਾਗ ਜਾ ਮੇਰਾ ਵੀਰ ਭਾਗ ਜਾ ਭਾਗ ਜਾ ਆਉਣਾ ਹੈ ਜਿੰਨਾ ਪਰ ਮੈਂ ਗੱਟਾ ਲੈ ਕੇ ਹਾਂ ਕੋਈ ਨਾ ਆਜੋ ਤੁਸੀਂ ਆਜੋ ਮੇਰਾ ਵੀਰ ਆਜੋ ਅੰਦਰ ਆਜੋ 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 ਹਾਂ ਸੁਣਦਾ ਨਹੀਂ ਜੀ ਉਹ ਇੱਥੇ ਕੌਣ ਕਿਸੇ ਦੀ ਸੁਣਦਾ ਆ ਆ ਦੀ ਮਲਾਂਗੜਾ ਜਾ ਮੇਰਾ ਖੜਾ ਕੁੱਤੇ ਵਾਂਗੂ ਭੌਂਕੀ ਗਿਆ ਦਿਮਾਗ ਖਾ ਗਿਆ ਮੇਰਾ ਇੱਥੇ ਕੋਈ ਨਹੀਂ ਸੁਣਦਾ ਬਾਈ ਕਿਸੇ ਦੀ ਬਹੁਤ ਜ਼ਬਾਨਾ ਮਾੜਾ ਫਿਰ ਕਹਿੰਦੇ ਡਾਕਟਰ ਮਾੜਾ ਕਹਿੰਦੇ ਡਾਕਟਰ ਮਾੜਾ ਕਹਿੰਦੇ ਡਾਕਟਰ ਮਾੜਾ ਕਹਿੰਦੇ ਡਾਕਟਰ ਮਾੜਾ ਉਹ ਕਹਿੰਦੇ ਡਾਕਟਰ ਮਾੜਾ ਉਹ ਕੀ ਹੋ ਰਿਹਾ ਉਹ ਇਹਨੂੰ ਇਹਦਾ ਕੰਨ ਡੋਲਦਾ ਜੀ ਇਹਨੂੰ ਸੁਣਦਾ ਤਾਂ ਹੈ ਨਹੀਂ ਗਾ ਜੀ ਅੱਛਾ ਕੰਨ ਡੋਲਦਾ ਜੀ ਤਾਂ ਕਰਕੇ ਇਹਦਾ ਇਲਾਜ ਕਰੋ ਜੀ ਅੱਛਾ ਹਾਂ ਜੀ ਤੈਨੂੰ ਸੁਣਦਾ ਨਹੀਂ ਹੈਗਾ ਐਂ ਕਰ ਫਿਰ ਉਹਨੂੰ ਪਾ ਮੂਦੇ ਤੇ ਦਵਾਈ ਪਾਈਏ ਚੱਲ ਡਾਕਟਰ ਸਾਹਿਬ ਉੱਠ ਭਾਈ ਦਵਾਈ ਮੁੱਕੀ ਪਿਆ ਕਰਨ ਕੋਈ ਨਾ ਫਿਰ ਮੈਂ ਦੱਸ ਕੀ ਕਹਿਣਾ ਕੋਈ ਗੱਲ ਨੀ ਹੋਈ ਤੈਨੂੰ ਵਧੀਆ ਸੁਣਨ ਵਾਲਾ ਘੋੜੇ ਅਰਗਾ ਕਰਾਂਗੇ ਤੈਨੂੰ ਤੂੰ ਚਿੰਤਾ ਨਾ ਪੈ ਜਾ ਪੈ ਜਾ ਮੈਂ ਤੈਨੂੰ ਘੋੜੇ ਅਰਗਾ ਕਰ ਦਾਂਗੇ ਤੂੰ ਤਾਂ ਮਰੇਗਾ ਅੱਠ ਅੱਠ ਕੋਈ ਨਾ ਡਾਕਟਰ ਆਉਂਦਾ ਤੇਰੇ ਲਈ ਉਹ ਤੇਰੇ ਲਈ ਆਊ ਡਾਕਟਰ ਕੋਈ ਨਾ ਤੂੰ ਲੱਤਾਂ ਸਿੱਧੀਆਂ ਕਰ ਕਰ ਤੂੰ ਲੱਤਾਂ ਹਿੱਦੇ ਕੋਈ ਨਾ ਐ ਕਰ ਕਰ ਤੈਨੂੰ ਕੋੜੇ ਯਾਰ ਤੂੰ ਬਾਰੇ ਯਾਰ ਤੂੰ ਬਾਰੇ ਯਾਰ ਮੈਂ ਆਉਣਾ ਜਾਂਦਾ ਬੈਟਰ ਹਾਂ ਗੱਲ ਤਾਂ ਸੁਣਾ ਕੁਛ ਨਹੀਂ ਇੱਕ ਮਿੰਟ ਖੜ ਜਾ ਉਹ ਮੇਰਾ ਸੈੱਲ ਨਹੀਂ ਘਟੇ ਆ ਪੈ ਜਾ ਉਹ ਗੱਲ ਤਾਂ ਇੱਕ ਮਿੰਟ ਆ ਪੈ ਜਾ ਆ ਜਾ ਉਰੀ ਆ ਜਾ ਕਾਲੀ ਕੀ ਹੋ ਗਿਆ ਕੁਛ ਨਹੀਂ ਕੰਨਾ ਚੁੰਗਲਾ ਪਾਲਾ ਫਿਰ ਦੱਸੋ ਠੀਕ ਹੈ ਕੀ ਕਹਿੰਦਾ ਕਾਲੇ ਇਹ ਐਂ ਕਹਿੰਦਾ ਜੀ ਇੱਕ ਪਾਸਾ ਤਾਂ ਗਿਆ ਮੇਰਾ ਖਤਮ ਆ ਹੈ ਖਤਮ ਆ ਜੀ ਇੱਕ ਪਾਸਾ ਤਾਂ ਮੇਰਾ ਕਹਿੰਦਾ ਕਿਹੜਾ ਚੱਲਦੀ ਆ ਕੰਨ ਤੇ ਹੈ ਨਹੀਂ ਉਹ ਇੱਧਰ ਲਾ ਹੈ ਤੁਸੀਂ ਪੜਦਾ ਹੀ ਚੱਕਤਾ ਜੀ ਪੜਦਾ ਤਾਂ ਚੱਕਿਆ ਜੋ ਦੋ ਲਾ ਦਿੱਤੀ ਬੱਤੀ ਜੀ ਬਣਾ ਕੇ ਆ ਕਿਹੜਾ ਚੱਲਦੀ ਆ ਇੱਕ ਮਿੰਟ ਮੇਰੀ ਗੱਲ ਸੁਣਾ ਹਾਂ
ਮੈਂ ਟੌਰਚ ਲਾ ਲੈਣ ਦੇ ਇਹ ਆਦਿ ਲੈ ਬਈ ਇਧਰ ਉਹਦਾ ਕੰਨੀ ਨਹੀਂ ਰਿਹਾ ਇਹਦੇ ਜਮੀ ਮਾੜੀ ਜੀ ਪਲੂਮਣ ਜੀ ਰਹਿ ਗਈ ਜੇ ਵੱਢਣੀ ਇਹ ਵੀ ਵੱਢ ਦਿੰਦੇ ਆ ਲੋੜੀ ਤੋਂ ਬਾਅਦ ਲਿਓ ਪੜਦੇ ਨਾਲੇ ਦਵਾਈਆਂ ਕੰਨਾਂ ਵਾਲੀ ਲਾਏ ਕਰੀ ਜਿਹੜੇ ਮੇਰੇ ਪੜਾਕੇ ਦੇ 30 ਰੁਪਏ ਹੋ ਗਏ ਉਹ ਦੇ ਜਾਓ ਮੈਨੂੰ ਉਹ ਐਂ ਕਰੋ ਲਿਖ ਲੋ ਜੀ ਮੈਂ ਮੁੰਡੇ ਨੂੰ ਲੈ ਕੇ ਜਾਣਾ ਇਹਨੂੰ ਦਿਖਾਉਣਾ ਫਿਰ ਮੁੰਡੇ ਨੂੰ ਦਿਖਾ ਦੇ ਵਧੀਆ ਹਸਪਤਾਲ ਚ ਦਿਖਾ ਬਾਈ ਠੀਕ ਆ ਜੀ ਹਾਂ ਸੇਵਾ ਕਰ ਲੋ ਇਹਦੀ ਹੁਣ ਠੀਕ ਹੈ ਜੀ ਠੀਕ ਹੈ ਇਹਦਾ ਮੈਨੂੰ ਲੱਗਦਾ ਦਿਖਾਉਣ ਹੈ ਜੀ ਵਧੀਆ ਡਾਕਟਰ ਨੂੰ ਇਹਨੂੰ ਹਾਂ ਜੇ ਉਹਦਾ ਜਵਾਬ ਹੀ ਆ ਮੈਨੂੰ ਲੱਗਦਾ ਇਹਦਾ ਬਚਨ ਦੇ ਚਾਹ ਮਿਲਣਗੇ ਕਿੱਥੋਂ ਨੂੰ ਮੋਨੂ ਦੀ ਦੁਕਾਨ ਤੋਂ ਲੈ ਲਓ 2 ਸੈੱਲ ਮੇਰੇ ਸਾਰੇ ਦੂਜੇ ਘਟੇ ਹੋਏ ਨੇ ਇਹਦੇ ਅੰਦਰਲੇ ਸੈੱਲ ਹਾਂ ਚੰਗਾ ਫਿਰ ਕਰਦਾ ਮੈਂ ਦੁਕਾਨ ਤੇ ਆ ਜੀ ਬੱਬਲਾ ਉਹ ਯਾਰ ਰੋਟੀ ਲੈ ਕੇ ਆ ਕਾਹਦੇ ਨਾਲ ਲੈ ਕੇ ਆਵਾਂ ਮੇਰੇ ਸਾਰੇ ਦਾ ਦੀਪਕ ਢਾਬਾ ਹੈ ਵੀ 20 ਦਾਲਾਂ ਬਣਦੀਆਂ ਨੇ ਥਿੱਕ ਦਾ ਦਾਲ ਬਣਦੀ ਆ ਕੱਦੂ ਦੀ ਜਾ ਕੇ ਲਿਆ ਮੈਂ ਜਾਣਾ ਹੈ ਤਾਂ ਹੀ ਤਾਂ ਪੁੱਛ ਰਹੀ ਹਾਂ ਕਾਹਦੇ ਨਾਲ ਲੈ ਕੇ ਆਵਾਂ ਅੱਜ ਤਾਂ ਕੱਦੂ ਦੀ ਦਾਲ ਵੀ ਨਹੀਂ ਹੈਗੀ ਮੇਰੇ ਖਿਆਲ ਦੇ ਲੋਕਾਂ ਨੂੰ ਤਾਂ ਕੌਲੀਆਂ ਭਰ ਭਰ ਦੇ ਦਿੰਦੀਆਂ ਦਾਲਾਂ ਜਾਂ ਮੇਰੇ ਵਾਰੀ ਕੱਦੂ ਦੀ ਵੀ ਨਹੀਂ ਹੈਗੀ ਜਾਂ ਭਾਜਾ ਜਿਹੜੀ ਹੈਗੀ ਲਿਆ ਸਾਗ ਖਾ ਲੇਗਾ ਖਾ ਲੂੰਗਾ ਜਾਂ ਵਗ ਜਾ ਪਿਛਲੇ ਸੰਡੇ ਦਾ ਪਿਆ ਕੋਈ ਨਾ ਦੇਖ ਲੈਣੇ ਰਿਸਕ ਲੈ ਕੇ ਜਾਂ ਲੈ ਕੇ ਆ ਮੈਂ ਤਾਂ ਮੱਝਾਂ ਨੂੰ ਪਾਣ ਲੱਗੀ ਸੀ ਕੋਈ ਨਾ ਮੱਝਾਂ ਨੂੰ ਨਾ ਪਾਇਆ ਕਰ ਇੰਨਾ ਕੀਮਤੀ ਸਾਗ ਆ ਤੀਨੂੰ ਦੀ ਪੁੜੀ ਪਾ ਲਾਂਗੇ ਵਿੱਚ ਤੀਨੂੰ ਦੀ ਪੁੜੀ ਹੈਗੀਆਂ ਨੇ ਆ ਭਈਆ ਉਹ ਇੱਕੋ ਹੀ ਰਹਿ ਗਈ ਵੀ ਪੁੜਾ ਲਿਆਉਣਾ ਪਊ ਮੈਨੂੰ ਉਹ ਲਿਆ ਓਏ ਆ ਜਾ ਯਾਰ ਮੈਂ ਜਾਣਾ ਮੈਂ 2 ਮਰੀਜ਼ ਪਾ ਰੱਖੇ ਨੇ ਲਿਆ ਖੱਟਾ ਤਾਂ ਨਹੀਂ ਚੱਲ ਕੋਈ ਨਾ ਚੱਲ ਜੂ ਇਹਨਾਂ ਦਾ ਮਾੜੇ ਮੋਟੇ ਪੈਸੇ ਪੂਸੇ ਦੇ ਜਾ ਕਰੋ ਬੰਦਾ ਰੇੜੀ ਵਾਲੇ ਤੋਂ ਕੋਈ ਸਬਜ਼ੀ ਲੈ ਲੈਂਦਾ ਜਿਹੜੀ ਗੋਭੀ ਦੀ ਦਾਲ ਪਾਈ ਤੀ ਉਹਨੂੰ ਕੌਲੀ 'ਚ ਉਹ ਵੀ ਸਬਜ਼ੀ ਵਾਲੀ ਤੋਂ ਲੈ ਦਿੱਤੀ ਕਿ ਫਲਿੱਪਕਾਰਟ ਤੋਂ ਮੰਗਾਈ ਤੀ ਹੈਂ ਆ ਕੀ ਉਹ ਇਹਦੇ ਨਾਲ ਕੀਟਾਣੂ ਮਰ ਜਾਂਦੇ ਨੇ ਕਿ ਫਰੈਸ਼ ਹੋ ਜਾਂਦਾ ਸਾਗ ਇਹਦਾ ਬਹੁਤ ਵਧੀਆ ਰਹਿੰਦਾ ਮੇਰੀ ਤਾਂ ਸਾਰੀ ਜਵਾਨੀ ਰੋਲ ਕੇ ਰੱਖਤੀ ਆ ਬੁੱਜੜ ਦੇ ਮੱਥੇ ਮਾਰੀਆਂ ਚੱਕ ਕੇ ਆਹੋ ਰੋਲਤੀ ਤੇਰੀ ਜਵਾਨੀ ਵੱਡੀ ਸਿਪਰਾ ਗੋਲਦੀ ਨਲੀ ਦਾ ਤੇਰੀ ਵਿਆਹ ਤੋਂ ਬਾਅਦ ਉਹਨੂੰ ਹੱਡੀ ਡੱਡਾ ਸੀਣ ਆਉਂਦਾ ਹੁੰਦਾ ਦੀ ਤੇਰੇ ਬਈ ਜ਼ਿਆਦਾ ਨਾ ਬੋਲ ਮੈਂ ਆਪਦੇ ਭਾਈਆਂ ਨੂੰ ਬੁਲਾ ਲੂੰ ਆ ਬੁਲਾ ਲਈਗੀ ਭਾਈ ਜਦੋਂ ਮੈਂ ਡਰਦਾ ਤੇਰੇ ਭਾਈਆਂ ਤੋਂ ਤੇਰੇ ਭਾਈ ਸ਼ੂਗਰ ਚੱਕੀਆਂ ਮਿਸਲ ਦੇ ਆਗੂ ਨੇ ਮੇਰੇ ਸਾਲੇ ਨਾ ਤੂੰ ਕੀ ਆ ਤੂੰ ਤਾਂ ਡਾਕਟਰ ਵੀ ਨਹੀਂ ਹੈਗਾ ਹੋਲੀ ਆਉਂਦੀ ਆ ਰੰਗ ਵੇਚਣ ਬੈਠ ਜਾਂਦਾ ਦੀਵਾਲੀ ਆਉਂਦੀ ਆ ਫੁੱਲਚੜੀਆਂ ਵੇਚਣ ਬੈਠ ਜਾਂਦਾ ਬਸ ਇੱਕ ਬਕਾਲਤ ਰਹਿੰਦੀ ਆ ਉਹ ਵੀ ਤੈਨੂੰ ਕੋਈ ਬੜਨ ਨਹੀਂ ਦਿੰਦਾ ਉੱਥੇ ਬਕਾਲਤ ਦੇ ਸਾਰੇ ਕੰਮ ਕਰਨੇ ਪੈਂਦੇ ਨੇਗੇ ਮਹਿੰਗਾਈ ਦਾ ਟਾਈਮ ਦਾ ਸਾਰਾ ਕੁਝ ਕਰਨਾ ਪੈਂਦਾ ਹੁਣ ਸਿਲੰਡਰ ਵੀ ਭਰਾਉਣ ਲੱਗੂ ਮੈਂ ਤਾਂ ਤੂੰ ਕਰਦੀ ਜਿਹੜਾ ਕੁਝ ਕਰਨਾ ਡਾਕਟਰੀ ਤਾਂ ਚੱਜ ਤਰ੍ਹਾਂ ਆਉਂਦੀ ਨਹੀਂ ਹੈਗੀ ਆਉਂਦੀ ਨਹੀਂ ਹੈਗੀ ਸਾਰਾ ਮੂਡ ਖਰਾਬ ਕਰਕੇ ਧਰਤਾ ਖਾਣ ਪੀਣ ਦਾ ਤੈਨੂੰ ਪਤਾ ਨਹੀਂ ਹੈਗਾ ਸਾਰਾ ਖਰਾਬ ਕਰਤਾ ਭਾਜ ਨਾਲੀ ਚ ਪਾਇਆ ਇਹਨੂੰ ਮੈਂ ਨਹੀਂ ਖਾਂਦਾ ਖਾ ਲੈ ਹੁਣ ਇਹਨੂੰ ਮੈਂ ਗ੍ਰੀਨ ਚ ਖਾ ਕੇ ਆਉਂਗਾ ਤੂੰ ਪੱਕ ਜਾ ਖਾ ਲੈ ਹੁਣ ਉਹ ਤੂੰ ਪੱਕ ਜਾ ਯਾਰ ਮੈਂ ਨਹੀਂ ਖਾਂਦਾ ਲੈ ਜਾ ਇਹਨੂੰ ਮੈਂ ਹੁਣ ਖਾ ਲੈ ਇਸ ਨੂੰ ਉਹ ਤੂੰ ਲੈ ਜਾ ਇਹਨੂੰ ਯਾਰ ਮੈਂ ਨਹੀਂ ਖਾਂਦਾ ਆ ਤਾਂ ਹੁਣ ਮੱਝਾਂ ਨੇ ਵੀ ਨਹੀਂ ਖਾਣੀ ਖਰਾਬ ਹੋ ਗਈ ਤੂੰ ਲੈ ਜਾ ਇਹਨੂੰ ਮੇਰੇ ਸਟੂਲ ਦੇ ਸਾਰਾ ਮੂਡ ਖਰਾਬ ਕਰਕੇ ਲੱਗਦਾ ਹੋਟਲਾਂ ਤੇ ਖਾਣ ਦਾ ਘਰ ਤਾਂ ਰੁਪਈਆ ਨਹੀਂ ਦਿੰਦਾ ਹੈਗਾ ਆਪ ਹੋਟਲ ਤੇ ਖਾਣ ਤੁਰ ਜੋ ਜਿਹੜਾ ਰੁਪਈਏ ਦਿੰਦਾ ਉਹ ਤੋਂ ਲੈ ਲੈ ਜਾ ਬਗ ਜਾ ਮੈਂ ਤਾਂ ਠਾਣੀ ਨਹੀਂ ਦਿੰਦਾ ਬੜੀ ਤੂੰ ਕਰੇ ਉਹ ਤੂੰ ਬਗ ਜਾ ਹੋਟਲਾਂ ਤੇ ਜਾ ਕੇ ਖਾਣ ਸਾਰਾ ਮੂਡ ਖਰਾਬ ਕਰਕੇ ਧਰ ਤੋਂ ਟੀਕਾ ਲਾਉਣਾ ਹਜੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਉਹ ਕਿਵੇਂ ਆ ਭਾਈ ਠੀਕ ਹੈ ਠੀਕ ਹੈ ਉਹ ਠੀਕ ਆ ਆ ਇੱਧਰ ਸਟੂਲ ਖਿੱਚ ਲੈ ਉਹ ਮੈਂ ਮੱਝੇ ਤੇ ਠੀਕ ਆ ਵੈਸੇ ਚੱਲ ਬਹਿ ਜਾ ਹੋਰ ਚੈੱਕ ਕਰੋ ਮੜਾ ਆ ਗਲਾ ਖੰਗ ਪੱਖੀ ਬਹੁਤ ਔਖਾ ਇਹ ਮੌਸਮ ਬਦਲਦਾ ਚੈੱਕ ਕਰੋ ਮੜਾ ਆ ਗਰਮਾਇਸ਼ ਆ ਯਾਰ ਤੈਨੂੰ ਤਾਂ ਹਾਂ ਤੇਜ਼ਾਬ ਉਹ ਬਣਦਾ ਤੇਜ਼ਾਬ ਬਣਦਾ ਡਕਾਰ ਉਹਦੇ ਨੇ ਖੱਟੇ ਯਾਰ ਰੋਟੀ ਖਾ ਰਿੱਜੀ ਜਦ ਕਾਲ ਜਾ ਮਚਦਾ ਕਾਲ ਜਾ ਮਚਦਾ ਬਹੁਤ ਮਚਦਾ ਉਰੇ ਆ ਆ ਜਮੀਨ ਹੈਗਾ ਮਗਰੋਂ ਤਾਂ ਬਹੁਤ ਮਜ਼ਾ ਔਖਾ ਬਹੁਤ ਔਖਾ
ਸਾਰਾ ਤੇਜ਼ਾਬ ਹੀ ਇੱਥੇ ਲਈ ਫਿਰਦਾ ਰਿਜੂਗਾ ਤਾਂ ਹੈਗਾ ਘਰ ਦੀ ਤਾਂ ਪੀ ਜਾਂਦਾ ਗੜਗੜਾ ਕੀ ਕਰੀਏ ਕੋਈ ਹਰਿਆਣੇ ਵਾਲੀ ਪੀ ਜਾਂਦਾ ਕੱਲ ਕੀ ਕਰਦਾ ਜੀ ਉੱਥੇ ਠੇਕੇ ਤੇ ਖੜੇ ਆ ਜਦੋਂ ਪਤਾ ਵੀ ਭਾਈ ਗੋਲੀ ਵਾਲੀ ਆ ਮੁੱਕ ਗਈ ਜੀ ਛੋਟੇ ਨੂੰ ਕਿਹਾ ਦੀਏ ਲੈ ਕੀ ਨਹੀਂ ਆਇਆ ਸੜਦੇ ਪੀਣੀ ਤੈਨੂੰ ਦੱਸਾਂ ਮੈਂ ਮੇਰਾ ਸੜਾ ਮਰ ਜਾਏਗਾ ਦੇਖ ਲੀ ਇੱਕ ਵਾਰੀ ਲੈ ਕੇ ਠੀਕ ਆ ਇੱਧਰ ਪਈਆਂ ਨੇ ਯਾਰ ਆ ਪਈ ਆ ਹੈਗੀ ਤਾਂ ਮੇਰੇ ਖਿਆਲ ਦੀ 2017 ਦੀ ਆ ਦੇਖਦੇ ਲਾ ਕੇ ਲੈ ਆ ਪੀ ਲਈ ਗਰਮ ਪਾਣੀ ਨਾਲ ਪੀਣਿਆ ਖੰਘ ਸਾਰੀ ਚੱਕ ਦੂ ਘਬਰਾਹਟ ਘਬਰੂਟ ਤਾਂ ਨਹੀਂ ਹੁੰਦੀ ਘਬਰਾਹਟ ਵੀ ਹੁੰਦੀ ਉਹ ਚੱਕਰ ਜੇ ਬਹੁਤ ਆਈ ਜਾਂਦੇ ਨੇ ਮਤਲਬ ਖੰਘ ਤਾਂ ਮੇਰੇ ਦੀ ਰੁਕਦੀ ਨਹੀਂ ਐਂ ਕਰੀ ਆ ਦੋ ਦੋ ਆ ਲੈ ਲਈ ਰੋਟੀ ਤੋਂ ਬਾਅਦ ਲੈਣੀਆਂ ਨੇ ਇਹ ਸਵੇਰੇ ਕਿ ਸ਼ਾਮ ਇਹ ਦੁਪਹਿਰੇ ਜੇ ਲੈ ਜੀ ਕੱਲ ਤੋਂ ਸਟਾਰਟ ਕਰਦੀ ਖੁਰਾਕ ਠੀਕ ਹੈ ਹਾਂ ਜੇ ਕੋਈ ਗੱਲਬਾਤ ਹੋਈ ਮੇਰੇ ਲਵੇ ਦੁਬਾਰੇ ਆ ਜੀ ਜਾਂ ਫੋਨ ਕਰਾ ਦੀ ਮੁੰਡੇ ਤੋਂ ਹੱਥ ਜੇ ਬਹੁਤ ਕੰਮ ਲੈ ਡਾਕਟਰ ਕੋਈ ਨਾ ਠੀਕ ਆ ਮੌਸਮ ਬਦਲਦਾ ਹੈ ਅੱਛਾ ਜੀ ਹਾਂ ਕਿੰਨੀ ਉਮਰ ਹੋ ਗਈ ਉਮਰ ਦਾ ਹੋ ਗਈ ਮੇਰੀ 65 ਸਾਲ ਦੀ ਹੋਣ ਵਾਲੀ ਹੈ ਠੀਕ ਆ ਤਾਂ ਬਾਈ ਫਿਰ ਇਹ ਠੀਕ ਹੈ ਹਾਂ ਆ ਲਾ ਦੋ ਪੜਾਕੇ ਲੈ ਜਵਾਖਾਂ ਨੂੰ ਇਹਦੀ ਕੋਈ ਹੋਰ ਪੜਾਕਾ ਪੜੂਕਾ ਕੋਈ ਜਵਾਖਾਂ ਖਾਤਰ ਮੈਂ ਉਰੀ ਭੇਜ ਨੂੰ ਆ ਦੇਖ ਜਵਾ ਪੜਾਕੇ ਲਿਆਤੇ ਨੇ ਆਪਾਂ ਮੈਂ ਨਿਕੜੇ ਨੂੰ ਭੇਜ ਨੂੰ ਐਵੇਂ ਮੈਂ ਕੋਈ ਗਲਤ ਫਲਤ ਲੈ ਗਿਆ ਫੇਰ ਪੰਗਾ ਪੈ ਜੂ ਗਲਤ ਫਲਤ ਨੂੰ ਕਿਹੜਾ ਰੈਕਸ਼ਨ ਕਰਦੇ ਨੇ ਇਹ ਲਵੇ ਜੇ ਧਰਕੇ ਚਲਾ ਦਿਓ ਉਹ ਮੇਰੇ ਸਾਡੇ ਗਾਲਾਂ ਦੇਣਗੇ ਕੀ ਦੱਸਾਂ ਕੋਈ ਨਹੀਂ ਗਾਲ ਕੇ ਨਿਕੇ ਜੇ ਪੜਾਕੇ ਚੱਕ ਲੈ ਜਵਾਕਾਂ ਦਾ ਪਤਾ ਹੀ ਅੱਜ ਕੱਲ ਚਲ ਪੈਸੇ ਭਰਾ ਲਿਖ ਲਿਓ ਏ ਕੋਈ ਨਾ ਲਿਖ ਲਾਂਗੇ ਗੰਗਾ ਬਾਈ ਧੰਨਵਾਦ ਜੇ ਜੇ ਕੋਈ ਗੱਲਬਾਤ ਜੀ ਹੋ ਗਈ ਫੇਰ ਦੱਸ ਦੀ ਡਾਕਟਰ ਨਾਲ ਜਾਊਗਾ ਰੇ ਆ ਜੂੜੀ ਮੇਰੇ ਨਾਲੋਂ ਪੀਣੋ ਦਾ ਹੱਟਦੇ ਨਹੀਂ ਅੱਗ ਸਵਾ ਖਾਈ ਜਾਂਦੇ ਖਬਰ ਕੀ ਪਾਇਆ ਹੋਇਆ ਹਰਿਆਣੇ ਵਾਲੀ ਚਾ ਗੋਲੀਆਂ ਤਾਂ ਖਾਈ ਜਾਂਦੇ ਹੋ ਵਿੱਚ ਪਾ ਪਾ ਕੇ ਉਹਦੇ ਹਾਂ ਡਾਕਟਰ ਸਾਹਿਬ ਪੈ ਗਿਆ ਹਾਂ ਹੋਰ ਜੀ ਉਹ ਫੋਨ ਜਾ ਕਰਿਆ ਦੀ ਯਾਰ ਉਦੋਂ ਤਾਂ ਮੈਂ ਲੇਟ ਜੇ ਹੋ ਗਿਆ ਕੰਮ ਕਾਰ ਜੇ ਲੱਗ ਗਿਆ ਕਰਨਾ ਇਹ ਤਾਂ ਹੀ ਲੇਟ ਹੋ ਗਿਆ ਜੀ ਹੋਰ ਕੀ ਹੋ ਰਿਹਾ ਮੂੰਹ ਵਾਲਾ ਪੱਕਿਆ ਪਿਆ ਜੀ ਅੱਛਾ ਯਾਰ ਹਾਂਜੀ ਬੜਾ ਵਧਾ ਜਾ ਵਧਾ ਰੱਖਿਆ ਹੈ ਉਹ ਹੋਰ ਜੀ ਬੜਾ ਗਰਮ ਚੀਜ਼ਾਂ ਖਾਂਦਾ ਹੋਵੇਗਾ ਬਸ ਚੱਲੀ ਜਾਂਦਾ ਜੀ ਤੁਹਾਨੂੰ ਪਤਾ ਹੀ ਆ ਇੱਥੇ ਨਾੜੀ ਹੁੰਦੀ ਹੈ ਇਹਦੀ ਮੂੰਹ ਵਾਲੀ ਖਾਸਾ ਵੱਧ ਰਿਹਾ ਕੰਮ ਖਾਸ ਆ ਵੱਡੀ ਤਾਂ ਖੜ ਜਾ ਇੱਕ ਮਿੰਟ ਟੀਕਾ ਲਵਾ ਲੇਗਾ ਟੀਕਾ ਲਾ ਦੋ ਜੀ ਜੇ ਸਰਦਾ ਸਰਦਾ ਨਾ ਲਾਉਂਦਾ ਆ ਕੁੱਤਾ ਜਾਂ ਕਿੱਥੋਂ ਵੜਨ ਰੱਖਿਆ ਯਾਰ ਇਹਦਾ ਬਾਹਰ ਵਾਲਾ ਬੰਦਾ ਦਿਮਾਗ ਚੱਕ ਦਿੰਦੇ ਨੇ ਤਾਂ ਇਹ ਤਾਂ ਉੱਥੇ ਮੈਂ ਜੀ ਬਸ ਦਿਵਾਲੀ ਆ ਰਹੀ ਆ ਪੜਾਕੇ ਕਿਤੋਂ ਲੈਣਾ ਹੁੰਨਾ ਪੜਾਕੇ ਦਾ ਜੀ ਬਸ ਆਪਣੇ ਕਿਹੜਾ ਜਵਾਕ ਹੈ ਜੀ ਕੋਈ ਤੂੰ ਨਹੀਂ ਵਜਾਉਂਦਾ ਹੁੰਦਾ ਵਜਾ ਲਾਂਗੇ ਜੀ ਤੁਸੀਂ ਕਹਿੰਦੇ ਜੀ ਵਜਾਉਣੇ ਨੇ ਪੜਾਕੇ ਦਾ ਵਜਾਓ ਵੱਧ ਤੋਂ ਵੱਧ ਪੜਾਕੇ ਕੱਥੇ ਧਰਤੀਆਂ ਆ ਪਈਆਂ ਨੇ ਦਵਾਈ ਤਾਂ ਯਾਰ ਦਿਵਾਲੀ ਤੋਂ ਬਾਅਦ ਲਿਆਵਾਂਗੇ ਜਿਹੜੀ ਹੁਣ ਮੁੱਕ ਗਈ ਠੀਕ ਹੈ ਜੀ ਐਂ ਕਰ ਓਏ ਡੱਬੀ ਹੈਗੀ ਤੁਹਾਡੇ ਇੱਕ ਮਿੰਟ ਡੱਬੀ ਲਿਆਵਾਂ ਮੈਂ ਹੈਗੀ ਹੈ ਕਿ ਅੰਦਰ ਹੈਗੀ ਆ ਇੱਥੇ ਭਈਆ ਗੈਸ ਲਵੇ ਪਈ ਹੋਈ ਐਲਆਈਸੀ ਦੇ ਜਿਹੜੇ ਬੀਮੇ ਜਿਹੇ ਨਹੀਂ ਹੁੰਦੇ ਹਾਂਜੀ ਉੱਥੇ ਮੀਟਿੰਗ ਆ ਇੱਕ ਮਿੰਟ ਚੱਲ ਪੀ ਗਏ ਆ ਕੀ ਕਰਤਾ ਜੀ ਟਾਈ ਪਾ ਕੇ ਰੱਖ ਮੂੰਹ ਚ ਚੱਲ ਪੈਣ ਦੇ ਚੱਲ ਪੈਣ ਦੇ ਸਾਰੇ ਸਾਲੇ ਹੀ ਚੁੱਕੂ ਅੰਦਰੋਂ ਉਹ ਨਾ ਫੂਕਦੇ ਤੁਸੀਂ ਨਹੀਂ ਨਹੀਂ ਚੱਲੀ ਜਾਣ ਦੇ ਚੱਲੀ ਜਾਣ ਦੇ ਅਸ ਤੋਂ ਬਾਅਦ ਇੱਧਰ ਚੱਕ ਲੈਣਾ ਚੱਲੀ ਜਾਣ ਦੇ ਚੱਲ ਗਈ ਬਸ ਬਸ ਇਹ ਮੈਂ ਦੱਸੂ ਤੈਨੂੰ ਇਹ ਨਵੀਂ ਬਣੀ ਆ ਬਸ ਲੈ ਫੜ ਆ ਲੈ ਲਈ ਇੱਕ ਤਾਂ ਫੁੱਲ ਚੜੀ ਦੀ ਡੱਬੀ ਹੈ ਆ ਮੋਮਬੱਤੀਆਂ ਠੀਕ ਹੈ ਜੀ ਆਹ ਨਾਰ ਦੋ ਅਸਤਬਾਜੀਆਂ ਪਿਸਤੌਲਾ ਆਹ ਆ ਸਾਰਾ ਕੁਝ ਦਿਵਾਲੀ ਵੇਲੇ ਚਲਾ ਲਈ ਦਵਾਈ ਦਵਾਈ ਦਿੰਦਾ ਹਜੇ ਤੈਨੂੰ ਇਹਦਾ ਨਾਲ ਲੈਣਾ ਪੈਂਦਾ ਸਮਾਨ ਠੀਕ ਹੈ ਜੀ ਪਤਾ ਲੱਗ ਗਿਆ ਨਾ ਕਿੰਨੇ ਸਾਲੇ ਨੇ ਸਾਰੀ ਗਰਮਾਇਸ਼ ਹੁਣ ਅੰਦਰ ਉਹ ਕੱਢ ਲੂ ਠੀਕ ਹੈ ਜੀ ਬਾਕੀ ਤੁਹਾਨੂੰ ਜ਼ਿਆਦਾ ਪਤਾ ਜੀ ਸਿਆਣੇ ਪੜ੍ਹੇ ਲਿਖੇ
ਲੈ ਲੀ ਇੱਕ ਠੀਕ ਆ ਤੜਕੇ ਹੱਥ ਨਹੀਂ ਲੈਣੀ ਹਾਂ ਪਟਾਕਿਆਂ ਦਾ ਹੋ ਗਿਆ ਆਪਣਾ 500 ਰੁਪਇਆ ਠੀਕ ਹੈ ਆ ਹੋ ਗਏ 100 ਦੀਆਂ ਤੇ ਆ ਵਿੱਚੀ ਚੱਲ ਕੋਈ ਨਾ ਮੁਕਤ ਦੀ ਆ ਡੱਬੀ ਲੈ ਲੈ ਠੀਕ ਹੈ ਫਿਰ ਇਹ ਤਾਂ ਲਿਖ ਲਿਓ ਜੀ ਫਿਰ ਹਾਂ ਹਾਂ ਕੋਈ ਨਾ ਲਿਖ ਲਾਂਗੇ ਹੋਰ ਦੱਸ ਦੀ ਪਟਾਕੇ ਪਟੁੱਕੇ ਚੰਗਾ ਠੀਕ ਹੈ ਜੀ ਹਾਂ ਚੰਗਾ ਡੱਬਾ ਰਹਿ ਗਿਆ ਡੱਬਾ ਰਹਿ ਗਿਆ ਯਾਰ ਚੱਲ ਕੋਈ ਨਾ ਦਿਮਾਗ ਨਹੀਂ ਹੈਗਾ ਯਾਰ ਦਿਮਾਗ ਚੱਕਦਾ ਜਨਾਨੀ ਨੇ ਅੱਛਾ ਜੀ ਹੋਰ ਕਿਵੇਂ ਹੈਂ ਲੜਾਈ ਲੜੂਈ ਹੋਈ ਹੈ ਜੀ ਉਹ ਬਸ ਮੈਂ ਤਲਾਕ ਦੇ ਉਹਨੂੰ ਮੇਰੇ ਤਾਂ ਯਾਰ ਬਸ ਚਾਹਣੀ ਜਦੋਂ ਰੋਟੀ ਮੰਗਦਾ ਰੋਟੀ ਨਹੀਂ ਦਿੰਦੀ ਟਾਈਮ ਤੇ ਦਾਲ ਮੰਗਦਾ ਦਾਲ ਨਹੀਂ ਦਿੰਦੀ ਭੈਣ ਦਾ ਯਾਰ ਪੰਜ ਪੰਜ ਦਿਨ ਦਾ ਸਾਗ ਖਵਾ ਦਿੰਦੀ ਆ ਤੁਸੀਂ ਤਾਂ ਫਿਰ ਔਖੇ ਹੋ ਔਖਾ ਯਾਰ ਮੈਂ ਇਹਦੀ ਪੜਿਆ ਲਿਖਿਆ ਯਾਰ ਅਸਲ ਮੈਂ ਮੇਰੇ ਸਾਲ ਦਾ ਮੇਰੀ ਮਾਸੀ ਨੇ ਡਾਤਾ ਮੈਨੂੰ ਹੋਰ ਐਨ ਪੜ੍ਹਤੀ ਯਾਰ ਉਹ ਐਂ ਤਾਂ ਉਦੋਂ ਮੈਂ ਪਤਾ ਨਹੀਂ ਲੱਗਾ ਫਲੋ ਫਲੋ ਚ ਸਲਾਮੀ ਪੈ ਗਈ ਮੇਰਾ ਬਹੁਤ ਬੁਰਾ ਹਾਲ ਹੈ ਚੰਗਾ ਮੇਰਾ ਠੀਕ ਹੈ ਪਟਾਕੇ ਪਟੁਕੇ ਪਜਾਲਾ ਕਰ ਇਹਦਾ ਭੈਣ ਦਾ ਕੁਛ ਨਹੀਂ ਲੈ ਕੇ ਜਾਣਾ ਇੱਥੋਂ ਠੀਕ ਹੈ ਜੀ ਡਾਕਟਰ ਸਾਹਿਬ ਧੰਨਵਾਦ ਜੀ ਚੰਗਾ ਚਲ ਆਦਾ ਪਟਾਕੇ ਜੇ ਵਿਕ ਗਏ ਮੇਰੇ ਡਾਕਟਰ ਕਿੱਧਰ ਲੰਘ ਗਿਆ ਤੂੰ ਓਏ ਤੈਨੂੰ ਦਿੱਤੀ ਤਾਂ ਹੈਗੀ ਦਵਾਈ ਫੇਰ ਆ ਗਿਆ ਆਦੀ ਟੱਟੂ ਦੀ ਤਾਂ ਦਵਾਈ ਦਿੱਤੀ ਆ ਸਾਰਾ ਪਾਟ ਉੱਠ ਖੜਾ ਮੇਰੇ ਦਾ ਲੈ ਕੇ ਆ ਖੋਲ ਕਰੇ ਆਉਂਦਾ ਉੱਥੇ ਕੀ ਕਰੇ ਆਉਂਦਾ ਹੁਣ ਮੈਂ ਦੋ ਵਾਰੀ ਜਾ ਆਇਆ ਤੀਜੀ ਵਾਰੀ ਹੁਣ ਤੇਰੇ ਕੋਲ ਆਇਆ ਦਵਾਈ ਬਦਲਣ ਅੱਛਾ ਸਾਹੀ ਦਾ ਮੈਂ ਪੀਣ ਵਾਲੀ ਲੈਤੀ ਬਾਈ ਬਾਲੀ ਫੈਕਟਰੀ ਦੀ ਆ ਬੋਤਲ ਲੱਗੂਗੀ ਉਹ ਦਵਾਈ ਤਾਂ ਜੱਜ ਦੀ ਦੇ ਦੇ ਤੂੰ ਮੇਰਾ ਸਾਰਾ ਪਾਟ ਠਾ ਦਾ ਜਮਈ ਆ ਜਾ ਆ ਜਾ ਔਖਾ ਕਰਦਾ ਸਾਰਾ ਕੁਝ ਕਬਰ ਦਾ ਕਾਂਠੂ ਫਿਰ ਕਾਦੇ ਕਰਕੇ ਬੈਠੇ ਆ ਹੈ ਓ ਯਾਰ ਉਹੀ ਗੱਲਾਂ ਦਰੀਆਂ ਡਾਕਟਰਾਂ ਆ ਫੜ ਐਮਬੀਬੀਐਸ ਆ ਲਾ ਐਮਏ ਬੀਏ ਬੀਕਾਮ ਆਈਟੀਆਈ ਫਿਰ ਉਹਦਾ ਬਿਊਟੀ ਪਾਰਲਰ ਦਾ ਕੋਰਸ ਆ ਓ ਯਾਰ ਡਾਕਟਰਾ ਤੂੰ ਦਵਾਈ ਦੇ ਮੇਰਾ ਸਿਰ ਨਾ ਖਾ ਸਾਰੇ ਕਰੇ ਹੋਏ ਨੇ ਮੇਰੇ ਮੈਂ ਪਹਿਲਾਂ ਹੀ ਬਹੁਤ ਉਹ ਲਾਇਬ੍ਰੇਰੀਅਨ ਦਾ ਕੋਰਸ ਰਹਿ ਗਿਆ ਜਾਂ 24 ਕਰਿਆ ਹੋਇਆ ਮੇਰਾ ਮੇਰੇ ਨਹੀਂ ਤੇਰਾ ਲਾਇਬ੍ਰਾ ਲੂਬਰਾ ਪੱਲੇ ਪੈਂਦਾ ਤੇ ਉਹ ਟੋਟਾਈਟ ਐਮਫਿਲ ਐਮਫਿਲ ਹੁੰਦੀ ਦੀ ਅੱਗੇ ਗੱਲ ਸੁਣਨ ਵਾਲੇ ਮੈਂ ਗੋਲੀ ਕੋਈ ਲਈਦੀ ਹਾਂ ਦੂਜੀ ਦੂਜੀ ਕੀ ਮੇਰੇ ਪਹਿਲੀ ਨਹੀਂ ਕੰਮ ਖਰਾਬ ਕਰਤਾ ਚੱਲ ਕੋਈ ਨਾ ਵੱਧ ਮੁੱਲ ਵਿੱਚ ਕੱਟ ਲੈਣਾ ਗਏ ਆ ਕਿਤੇ ਕਰ ਦੀ ਠਾਲੀ ਆਦੀ ਹਾਵਲਾ ਮੈਂ ਤਾਂ ਭਾਈ ਮੈਂ ਤਾਂ ਬਹਿਮ ਹੋ ਗਿਆ ਮੈਂ ਤਾਂ ਵੀ ਨਹੀਂ ਪੀਂਦਾ ਫਿਰ ਐ ਕਰਦੇ ਆ ਮੇਰੀ ਗੱਲ ਸੁਣ ਤੂੰ ਪੁੱਤ ਚੋਰ ਨਾ ਲੈਣਾ ਫਿਰ ਲੈ ਜੀ ਫਿਰ ਲੈ ਜੀ ਉਹ ਹੀ ਆ ਜਾਂਦੇ ਨੇ ਮੇਰੀ ਗੱਲ ਸੁਣ ਇਹਦੇ ਪੈ ਮੁੰਡਾ ਤੇਰੇ ਬੋਤਲ ਲਾਵਾਂ ਲੈ ਜਾ ਬੋਤਲ ਲਾਉਣੀ ਪੂ ਬੋਤਲ ਲਾਉਣੀ ਪੂ ਮੇਰੇ ਸਾਹ ਦਾ ਕੀ ਹੈ ਤੇਰੇ ਚਾ ਬੁੜਾ ਦਾ ਹੋਇਆ ਪਿਆ ਉਹ ਤਾਂ ਜੇ ਤੂੰ ਸਵਰਗ ਸੁਧਾਰ ਜੇ ਉਹ ਜਲੇਬੀਆਂ ਕਰ ਲਈਏ ਤੇਰੇ ਦੇ ਮੁੰਡੇ ਨੂੰ ਕਰ ਦੇ ਚੰਗੀ ਗੱਲ ਨਾ ਕਹੀ ਕੋਈ ਮੂਰੋ ਚੌਰ ਕਰਦਾ ਪੈ ਜਾ ਖਾਸੀ ਉਮਰ ਹੋ ਗਈ ਵਾ ਜਲੇਬੀਆਂ ਦਾ ਖਾਸੀ ਉਮਰ ਹੋ ਗਈ ਅਜੇ ਕੀ ਦੇਖਿਆ ਮੈਂ ਦੇਖਣ ਨੂੰ ਮੇਰਾ 16 ਸਾਲ ਦਾ 16 ਸਾਲ ਦਾ ਹੀ ਆ ਤੈਨੂੰ ਕੀ ਪਤਾ ਹੈ ਕਿੱਧਰਲੀ ਤੇ ਲਾਏਗਾ ਹੁਣ ਹੈ ਸੂਈ ਨਹੀਂ ਹੈਗੀ ਉਹ ਮੂੰਹ ਚ ਨਾ ਪਾਦਾ ਉਹ ਯਾਰ ਡਾਕਟਰ ਚੱਲ ਕੋਈ ਨਾ ਇੱਕ ਮਿੰਟ ਖਾ ਲੈ ਉਹ ਪੜਾਕੇ ਜੇ ਪਰਾ ਕਰ ਦੂੰ ਮੜਾ ਕੇ ਚਲਾ ਦੇ ਆਪਣਾ ਸੂਈ ਲਾ ਦਾਂ ਸੋਈ ਹਜੇ ਕੱਚੇ ਪਈਆ ਪਹਿਲੇ ਹੋਏ ਹੋਏ ਕਰੀ ਜਾਂਦਾ ਤੂੰ ਤਾਂ ਪਤਾ ਕਿਵੇਂ ਹੈ ਖੜ ਜਾ ਲੈ ਹੱਥ ਨਾ ਹਿਲਾਈ ਹੋਰ ਠੀਕ ਆ ਹੈਂ ਤੂੰ ਠੀਕ ਹੈ ਇੱਕ ਮਿੰਟ ਖੜ ਜਾ ਯਾਰ ਇਹ ਕਦਾ ਮੇਰੇ ਸਾਲ ਪਤਾ ਨਹੀਂ ਕਈਆਂ ਜਾਂ ਬਿਮਾਰੀਆਂ ਲਿਆਉਣੇ ਹੋ ਆਹ ਚਿੱਟੀ ਚਿੱਪੀ ਹੈ ਨਹੀਂ ਦੀ ਆਹ ਜੋੜ ਜੇ ਲਾਉਣ ਵਾਲੀ ਪਰ ਇੰਨਾ ਕਾਹਨੂੰ ਨੂੜਦਾ ਮੈਂ ਕਿਹੜਾ ਹੱਥ ਮਾਰਨਾ ਕੀ ਹੋ ਗਿਆ ਲੈ ਜੇ ਖੜ ਗਈ ਠੀਕ ਆ ਨਹੀਂ ਪੈਂਚਰ ਲਾ ਦਾਂਗੇ ਮੋਟਰ ਆ ਨਿੰਮੀ ਤੋਂ ਲਿਆਤਾ ਦੀ ਇਹਦੀ ਸਪੀਡ ਵਧਾ ਦੇ ਮੈਂ ਸਪੀਡ ਵਧਾਉਣਾ ਦੇਖਦਾ ਪਈਆ ਉਹ ਚ ਟੀਕੇ ਪਾ ਦਿੰਦੇ ਆ ਚ ਟੀਕੇ ਪਾਉਣੇ ਆ ਹੁਣ ਵਧੀਆ ਲਾ ਦੀ ਟੀਕੇ ਹੈ ਟੀਕੇ ਵਧੀਆ ਲਾ ਦੀ ਟੀਕੇ ਦਾ ਵਧੀਆ ਲਾ ਤੂੰ ਪਈ ਆਰਾਮ ਨਾਲ ਤੂੰ ਕਿਹੜੇ ਨੇ ਉਹ ਇਹ 2016 ਦੇ ਨੇ ਕੋਈ ਨਾ ਪਰਾਂ ਲਾ ਦੇ ਮੇਰੇ ਸਾਲ ਦੇ ਹੁਣ ਨਵੀਂ ਤਾਂ ਭਾਈ ਪਾਵਾਂਗੇ ਪੂਰੀ ਪਿਓਰ ਚ ਜਿਹੜੀ ਉਹ ਤਾਂ ਹੋ ਗਈ ਗਲਤੀ ਹੋ ਗਈ ਟੀਕੇ ਮੈਂ ਪਾ ਦੇ ਚ ਹੈ ਤੇ ਅੱਖਾਂ ਮਿਚ ਕੇ ਪਏ ਆਰਾਮ ਨਾਲ ਮੈਂ ਮਾੜਾ ਜਾ ਫੀਡ ਦੀ ਬੁਰੀ ਚੱਕ ਲਿਆ ਵਾ ਤੂੰ ਪੈ ਜਾ ਚੰਗਾ ਕੋਈ ਨਾ ਪੀ ਲੱਗ ਜੂ ਬੋਤਲ ਦਾ ਬਹੁਤ ਆ ਟਾਈਮ ਨਾ ਜੀ ਕੋਈ ਨਾ ਕੋਈ ਨਾ ਟੀਕੇ ਵਾਲੇ ਪੈ ਗਏ ਚ ਕੋਈ ਨਾ ਭਰ ਗਈ ਬੋਤਲ ਦਾ ਚੰਗਾ ਚੰਗਾ ਜੇ ਕੋਈ ਆਇਆ ਕਦੇ ਹੈ ਨਹੀਂ ਉਹ ਤਾਂ ਗਿਆ ਹੋਇਆ ਪੜਾਕੇ ਜੇ ਲੈਣ ਆਉਂਦੇ ਹੁੰਦੇ ਨੇ ਜਵਾਬ ਕਦੇ ਆਪ ਹੀ ਆ ਕੇ ਦੇਊਗਾ ਠੀਕ ਹੈ ਹਾਂ ਅੱਖਾਂ ਪੈ ਜਾ ਮੇਰੇ ਹਾਲ ਦਾ ਕੁੰਡਾ ਵੀ ਲਵਾਉਣ ਵਾਲਾ ਪਰ ਉਹ ਚੱਲੀਏ ਸਕੂਟਰ ਉਹਨਾਂ ਦਾ ਫੜ ਦਿੰਦੇ ਹਾਂ ਠੀਕ ਆ ਮੁਖਤਿਆਰਾ ਚੱਲ ਪਿਆ ਪਿਆਰਾ ਹੈ ਅੱਖਾਂ ਦਾ ਮੀਚ ਲੈਂਦਾ ਮੇਰਾ ਸਾਲਾ ਹੀ ਪੈ ਗਿਆ ਉਹ ਤਾਂ ਲੱਗ ਹੀ ਹੋਏ
ਮੜੀ ਹੀ ਰਹੀ ਬੇਮਲੂਮੀ ਉਹ ਲੱਗ ਗਿਆ ਉਹਨਾਂ ਦੇ ਹੋਰ ਠੀਕ ਆ ਫਿਰ ਭਾਵੇਂ ਦਾ ਭਗਵੰਤ ਮਾਨ ਜਾਂ ਕੁਛ ਕਰੀ ਨਹੀਂ ਰਿਹਾ ਯਾਰ ਨਾ ਭਾਵੇਂ ਦਾ ਕੋਈ ਕਹਿੰਦਾ ਸੀ ਬਿੱਲ ਮਾਫ਼ ਕਰੂੰ ਸਾਡਾ ਤਾਂ ਬਿੱਲ ਵੀ ਨਹੀਂ ਮਾਫ਼ ਕੀਤਾ ਮੁਖਤਿਆਰ ਉਹਨੇ ਹੋਰ ਫਿਰ ਕੁੜੀ ਵਿਆਹ ਤੀ ਮੁਖਤਿਆਰ ਆ ਹੈਂ ਓਏ ਨੀਂਦ ਦੀ ਬਹਿੰਗਾਇਆ ਹੂ ਰਾਤ ਦਾ ਵਿਚਾਰਾ ਇਹ ਤਾਂ ਮੇਰੇ ਸਾਰੇ ਮੁੰਡੇ ਜੇ ਕੰਮ ਵਾਲਾ ਕਰਾਉਂਦੇ ਨੇ ਖੇਤੋਂ ਆਇਆ ਹੂ ਸਿੱਧਾ ਹੈਂ ਉਹ ਮੁਖਤਿਆਰ ਆ ਮਹਾਂ ਭਗਵੰਤ ਮਾਨ ਕੁਝ ਕਰ ਹੀ ਨਹੀਂ ਰਿਹਾ ਓਏ ਉਹ ਮੁਖਤਿਆਰ ਆ ਬੋਲਦਾ ਨਹੀਂ ਓਏ ਅੱਖਾਂ ਵੀ ਖੋਲੀ ਪਿਆ ਮਗਚਾਰ ਆ ਮਗਚਾਰ ਵੀਰੇ ਮਗਚਾਰ ਆ ਟੀਕੇ ਦੀ ਗਰਮਾਇਸ਼ ਹੋ ਗਈ ਮੈਨੂੰ ਲੱਗਦਾ ਬਖਚਾਰਾ ਇਹਦਾ ਪੂਰਾ ਹੋ ਗਿਆ ਉਹ